ਪੰਜਾਬ 'ਚ ਧੁੰਦ ਦੇ ਚਲਦਿਆਂ ਲਗਾਤਾਰ ਸੜਕੀ ਹਾਦਸੇ ਵਾਪਰ ਰਹੇ ਹਨ। ਇੱਕ ਵਾਰ ਫਿਰ ਤੋਂ ਹੁਸ਼ਿਆਰਪੁਰ ਦੇ ਪਿੰਡ ਆਦਮਵਾਲ ਦੇ ਨੇੜੇ ਬੱਸ ਅਤੇ ਮੋਟਰਸਾਈਕਲ ਦੇ ਵਿੱਚ ਟੱਕਰ ਹੋਈ ਹੈ, ਜਿਸ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਈ ਹੈ। ਬੀਤੇ ਦਿਨੀ ਵੀ ਮੁਕੇਰੀਆਂ ਦੇ ਵਿੱਚ ਇੱਕ ਟੂਰਿਸਟ ਬੱਸ ਅਤੇ ਟਰੈਕਟਰ ਟਰਾਲੀ ਦੀ ਟੱਕਰ ਹੋਈ ਸੀ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਈ ਸੀ। ਤਸਵੀਰਾਂ ਹੁਸ਼ਿਆਰਪੁਰ ਦੀਆਂ ਹਨ, ਜਿੱਥੇ ਕਿ ਪਿੰਡ ਆਦਮਵਾਲ ਦੇ ਨੇੜੇ ਬੱਸ ਅਤੇ ਮੋਟਰਸਾਈਕਲ ਦੇ ਵਿਚਾਲੇ ਟੱਕਰ ਹੋਈ ਹੈ। ਦੂਸਰੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬੀਤੇ ਦਿਨੀ ਮੁਕੇਰੀਆਂ ਦੇ ਵਿੱਚ ਬੱਸ ਅਤੇ ਟਰੈਕਟਰ ਟਰਾਲੀ ਦੀ ਟੱਕਰ ਹੋਈ ਸੀ, ਜਿਸ ਵਿੱਚ ਦੋ ਮੌਤਾਂ ਹੋਈਆਂ ਸਨ। ਭਾਜੀ, ਮੇਰਾ ਨਾਮ ਡਾਕਟਰ ਪ੍ਰੇਮ ਭਾਰਦਵਾਜ, ਮੈਂ ਇੱਥੇ ਆਦਮਵਾਲ ਤੋਂ ਰਹਿਣ ਵਾਲਾ। ਸਵੇਰੇ ਕਰੀਬ 11 ਵਜੇ ਦੀ ਗੱਲ ਹੈ, ਬਹੁਤ ਜ਼ੋਰ ਨਾਲ ਖੜਾਕਾ ਹੋਇਆ ਜਦ ਅਸੀਂ ਭੱਜ ਕੇ ਬਾਹਰ ਗਏ ਅਤੇ ਮੁੰਡਾ ਮੋਟਰਸਾਈਕਲ ਤੋਂ ਡਿੱਗਿਆ ਪਿਆ ਸੀਗਾ। ਅਤੇ ਅਸੀਂ ਸਾਡੇ ਦੇਖਣ ਦੇ ਵਿੱਚ ਆਇਆ ਕਿ ਪੰਜਾਬ ਰੋਡਵੇਜ਼ ਦੀ ਨਵੀਂ ਬੱਸ ਜਿਹੜੀ ਕਿ ਮਤਲਬ ਚਿੰਤਪੁਰਨੀ ਰੋਡ ਵੱਲ ਤਰਫ ਜਾ ਰਹੀ ਸੀ ਹੁਸ਼ਿਆਰਪੁਰ ਤੋਂ, ਇਹ ਮੁੰਡਾ ਵੀ ਚਿੰਤਪੁਰਨੀ ਵੱਲ ਨੂੰ ਜਾ ਰਿਹਾ ਸੀਗਾ ਅਤੇ ਇਹਦੀ ਸਾਈਡ ਵੱਜੀ ਆ, ਸ਼ਾਇਦ ਮੁੰਡੇ ਦੇ ਸਿਰ ਦੇ ਉੱਪਰ ਦੀ ਟਾਇਰ ਲੰਘ ਗਿਆ ਅਤੇ ਉਹਦੀ ਮੌਕੇ 'ਤੇ ਡੈਥ ਹੋ ਗਈ। ਮੁੰਡੇ ਦਾ ਪਤਾ ਲੱਗਾ ਜੀ, ਇਹ ਬੂਰੇ ਜੱਟਾਂ ਦਾ, ਇਹਦਾ ਨਾਂ ਕਰਮਵੀਰ ਸਿੰਘ, ਫਾਦਰ ਦਾ ਨੇਮ ਸਿਮਰਜੀਤ ਸਿੰਘ। ਇਹ ਨਹੀਂ ਪਤਾ ਲੱਗਾ ਜੀ, ਦਰਅਸਲ ਸਾਨੂੰ ਇਹ ਪਤਾ ਲੱਗਾ ਇਹਦਾ ਚਾਚਾ ਇੱਥੇ ਕੰਮ ਕਰਦਾ, ਉਹ ਆਦਮਵਾਲ 'ਚ ਰਹਿੰਦਾ। ਤਕਰੀਬਨ 1.5 ਘੰਟੇ ਤੋਂ ਐਕਸੀਡੈਂਟ ਹੋ ਚੁੱਕਾ ਹੈ ਸੀਗਾ ਜੀ, ਅਤੇ ਰੋਡ ਵੀ ਤੁਹਾਨੂੰ ਪਤਾ ਛੋਟਾ ਆ ਅਤੇ ਪੁਲਿਸ ਨਾ ਆਉਣ ਕਰਕੇ ਲੋਕਾਂ ਨੇ ਰੋਸ ਦੇ ਵਿੱਚ ਜਾਮ ਲਗਾ ਦਿੱਤਾ। ਕਰੀਬ 1.5 ਘੰਟਾ ਹੋ ਗਿਆ ਜੀ। ਹੁਸ਼ਿਆਰਪੁਰ ਤੋਂ ਜਤਿੰਦਰ ਪਾਲ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।